ਬਠਿੰਡਾ ਦੇ ਇੱਕ ਨਿੱਜੀ ਪੈਲਸ ਵਿੱਚ ਬੀਜੇਪੀ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿੱਥੇ ਸ਼ਵੇਤ ਮਲਿਕ ਵੀ ਪੁੱਜੇ। ਉੱਥੇ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੀ ਸੌਂ ਖਾਈ ਸੀ, ਨਸ਼ਾ ਤਾਂ ਖਤਮ ਹੋਇਆ ਨਹੀਂ, ਉਲਟਾ ਆਏ ਦਿਨ ਇਸ ਨਸ਼ੇ ਕਰਕੇ ਪੰਜਾਬ ਦੇ ਨੌਜਵਾਨ ਖਤਮ ਹੁੰਦੇ ਜਾ ਰਹੇ ਨੇ। ਉੱਥੇ ਸ਼ਵੇਤ ਮਲਿਕ ਨੇ ਰੈਫਰੈਂਡਮ 2020 ਦੀ ਵੀ ਜੰਮ ਕੇ ਨਿੰਦਾ ਕੀਤੀ। ਉੱਥੇ ਸ਼ਵੇਤ ਮਲਿਕ ਨੇ ਕਾਂਗਰਸ ਸਰਕਾਰ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਡੈਮੋਕ੍ਰੇਸੀ ਤੇ ਹਰ ਜਗ੍ਹਾ ਜੀ, ਦੇ ਆਰ ਆਲਸੋ ਚੋਜ਼ਨ ਰਿਪ੍ਰੈਜ਼ੈਂਟੇਟਿਵ, ਦਿਸ ਅਸੈਂਬਲੀ ਇਜ਼ ਆਲਸੋ ਗਰੁੱਪ ਆਫ ਚੋਜ਼ਨ ਰਿਪ੍ਰੈਜ਼ੈਂਟੇਟਿਵ। ਅਗੇਨ ਸਾਡੀ ਕੇਂਦਰ ਸਰਕਾਰ ਇਹਨਾਂ ਨੂੰ ਗੱਫੇ ਦਿੰਦੀ ਪਈ ਹੈ ਕਿ ਕੇਂਦਰ ਸਰਕਾਰ ਵੀ ਇੱਦਾਂ ਕਰੇ। ਇਹਨਾਂ ਨੇ ਡੈਮੋਕ੍ਰੇਸੀ ਦਾ ਮਰਡਰ ਕਰਕੇ ਇੰਪਰੂਵਮੈਂਟ ਟਰੱਸਟ ਨੂੰ ਪੈਸੇ ਭੇਜਤੇ, ਜਿੱਥੇ ਕੌਂਸਲਰ ਚੁਣੇ ਬੈਠੇ ਨੇ, ਲੋਕਾਂ ਦੇ ਨੁਮਾਇੰਦੇ ਚੁਣੇ ਬੈਠੇ ਨੇ, ਉਹਨਾਂ ਤੋਂ ਡਿਵੈਲਪਮੈਂਟ ਨਹੀਂ ਕਰਾਵਾਂਗੇ, ਉਹਨਾਂ ਠੇਕੇਦਾਰਾਂ ਤੋਂ ਕਰਾਵਾਂਗੇ ਜਿਹਨਾਂ ਨਾਲ ਅਸੀਂ ਹੈਂਡ ਇਨ ਗਲਵਸ ਆ। ਸੁਧਾਕਰ ਮੇਰੇ ਬੱਚੇ ਨੂੰ ਨਸ਼ਾ ਨਾ ਵੇਚਾਏ, ਇਹ ਏਜੰਸੀਆਂ ਕਿੱਥੇ ਨੇ ਕੈਪਟਨ ਸਾਹਿਬ ਤੁਹਾਡੀਆਂ? ਅੱਜ ਰੇਤ ਮਾਫੀਏ ਨੇ ਸਰਕਾਰ ਨੂੰ ਕਾਬੂ ਕਰ ਲਿਆ ਹੈਗਾ, ਹਰ ਜਗ੍ਹਾ ਰੇਤ ਮਾਫੀਏ ਦਾ ਬੋਲਬਾਲਾ, ਸਰਕਾਰੀ ਅਫਸਰ ਜਾਂਦੇ ਨੇ ਉਹਨਾਂ ਦੇ ਜਾਨਲੇਵਾ ਹਮਲਾ ਕਰਦੇ ਨੇ, ਅੱਜ MLA ਤੇ ਹਮਲਾ ਕਰਦੇ ਨੇ, ਅੱਜ MP ਦੇ ਉੱਤੇ ਹਮਲਾ ਕਰਾਉਂਦੇ ਨੇ ਕਾਂਗਰਸੀ ਸਿੱਧੂ ਦੇ ਨਾਅਰੇ ਲਾਉਂਦੇ ਹੋਏ। ਮੈਂ ਇਹਨਾਂ ਨੂੰ ਪ੍ਰਸ਼ਨ ਕਰਨਾ ਵਾ ਕਿ ਜਨਤਾ ਦੀ ਆਵਾਜ਼ ਇਸ ਤਰ੍ਹਾਂ ਦਬਾਓਗੇ? ਉਹ ਤੇ ਹਿਟਲਰ ਨਹੀਂ ਦਬਾ ਸਕਿਆ, ਮੁਸਲੋਨੀ ਨਹੀਂ ਦਬਾ ਸਕਿਆ, ਸਦਾਮ ਹੁਸੈਨ ਨਹੀਂ ਦਬਾ ਸਕਿਆ। ਅੰਤ ਉਹਨਾਂ ਦਾ ਕੀ ਹੋਇਆ? ਜੋ ਅੰਤ ਉਹਨਾਂ ਦਾ ਹੋਇਆ ਉਹੀ ਅੰਤ ਕਾਂਗਰਸ ਦਾ ਹੋਇਆ। ਤੁਸੀਂ ਨਸ਼ੇ ਦੀ ਗੱਲ ਕੀਤੀ, ਨਸ਼ੇ ਦੇ ਮੁੱਦੇ ਲੈ ਕੇ ਆਪਾਂ ਸਾਰੀ ਪਾਰਟੀ ਜੁਟਣੀ ਹੋਣੀ ਚਾਹੀਦੀ ਹੈ ਜੀ? ਬਿਲਕੁਲ, ਅਸੀਂ ਹਰ ਜਗ੍ਹਾ ਮੁੱਖ ਮੰਤਰੀ ਜੀ ਦੇ ਨਾਲ ਖੜੇ ਹੋਣ ਲਈ ਤਿਆਰ ਹਾਂ, ਪਰ ਮੁੱਖ ਮੰਤਰੀ ਜੀ ਨੇ ਸਹੁੰ ਖਾਧੀ ਸੀ ਕਿ ਉਹ 4 ਹਫ਼ਤੇ ਨਸ਼ਾ ਖਤਮ ਕਰ। ਅਸੀਂ ਨਹੀਂ ਸੀ ਕਿਹਾ ਉਹਨਾਂ ਨੂੰ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਲਓ, ਉਹਨਾਂ ਨੇ ਸਹੁੰ ਖਾਧੀ ਸੀਗੀ, ਅੱਜ ਉਹ ਸਹੁੰ ਭੁੱਲ ਗਏ ਨੇ। ਅਸੀਂ ਉਹਨਾਂ ਨੂੰ ਯਾਦ ਕਰਾ ਰਹੇ ਹਾਂ, ਬਾਕੀ ਜਿਹੜੀਆਂ ਕੁਰੀਤੀਆਂ ਨੇ, ਸੋਸ਼ਲ ਈਵਲਸ ਨੇ, ਅਸੀਂ ਹਰ ਜਗ੍ਹਾ ਸਰਕਾਰ ਦੇ ਨਾਲ ਖੜੇ ਹਾਂ, ਪਰ ਸਰਕਾਰ ਸਹਿਯੋਗ ਤੇ ਲਏ। ਜਦੋਂ ਸਰਕਾਰ ਹੀ ਇਹਨਾਂ ਲੋਕਾਂ ਦੇ ਨਾਲ ਖੜੀ ਹੋ ਜਾਂਦੀ ਹੈ, ਨਸ਼ੇ ਦੇ ਸੁਦਾਗਰਾਂ ਨੂੰ ਖੁੱਲ੍ਹੀ ਛੁੱਟ, ਰੇਤ ਮਾਫੀਆ ਨੂੰ ਖੁੱਲ੍ਹੀ ਛੁੱਟ, ਅਪਰਾਧੀਆਂ ਨੂੰ ਖੁੱਲ੍ਹੀ ਛੁੱਟ, ਤਾਂ ਫਿਰ ਆਪੋਜੀਸ਼ਨ ਕੀ ਕਰ ਸਕਦੀ ਹੈ? ਆਪੋਜੀਸ਼ਨ ਜਨਤਾ ਦੀ ਲੜਾਈ ਲੜੇਗੀ, ਕੁੰਭਕਰਨ ਦੀ ਮੀਨ ਵੀ ਸੁੱਤੀ ਹੈ ਸਰਕਾਰ ਨੂੰ ਜਗਾਏਗੀ। ਔਰ 2019 ਦੇ ਚੁਣਾਵਾਂ ਦੇ ਵਿੱਚ 13 ਦੀ 13 ਲੋਕ ਸਭਾ ਸੀਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿੱਤਣਗੇ, ਔਰ ਮੋਦੀ ਸਾਹਿਬ ਦੀ ਜੋ ਫੁਲਵਾੜੀ ਆਉਣ ਵਾਲੇ 25 ਸਾਲ ਦੇ ਵਿੱਚ ਸੱਜਣ ਵਾਲੀ ਹੈ, ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ।